ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਯੂਲ ਵਾਰਡਨ ਮੈਟਰਨ ਦੇ ਜਿਹੜੇ ਨੋਟਿਸ ਹੈ ਨਵਾਂ ਨੋਟਿਸ ਆ ਚੁੱਕਿਆ ਹੈ ਕੀ ਦੱਸਿਆ ਗਿਆ ਯੂ ਨੋਟਿਸ ਦੇ ਵਿੱਚ ਉਹਦੇ ਬਾਰੇ ਗੱਲ ਕਰ ਰਹੇ ਹਾਂ ਨਵੀਂ ਨੋਟੀਫਿਕੇਸ਼ਨ ਆਊਟ ਹੋਇਆ ਹੈ ਜਿਦੇ ਵਿੱਚ ਦੱਸਿਆ ਗਿਆ ਜੀ ਕਾਉਂਸਲਿੰਗ ਡੇਟ ਠੀਕ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਏ ਗਏ ਨੇ ਜੀ ਬੱਚੇ ਜਿਨ੍ਹਾਂ ਜਿਨ੍ਹਾਂ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋ ਚੁੱਕਿਆ ਹੈ ਠੀਕ ਹੈ ਜੀ ਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ ਉਹਨਾਂ ਨੂੰ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਕਿਹੜੇ ਕਿਹੜੇ ਡਾਕੂਮੈਂਟ ਨ ਠੀਕ ਹੈ ਜੀ ਕਿਹੜੇ-ਕਿਹੜੇ ਠੀਕ ਹੈ ਜੀ ਜਾਤੀ ਸਰਟੀਫਿਕੇਟ ਕਿੰਨਾ ਕੁ ਪੁਰਾਣਾ ਚੱਲ ਸਕਦਾ ਤੇ ਕਿੰਨੇ ਨੰਬਰਾਂ ਵਾਲੇ ਤੇ ਗਈ ਹੈ ਜੀ ਕੱਟਆਫ ਉਹਦੇ ਬਾਰੇ ਗੱਲ ਕਰ ਰਹੇ ਹਾਂ ਉਸ ਤੋਂ ਪਹਿਲਾਂ ਇੱਕ ਗੁਜ਼ਾਰਿਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀਰਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਨਵਾਂ ਨੋਟਿਸ ਜਿਹੜਾ ਹੈ ਜੀ ਕੁੱਲ ਜੇਰ ਵਾਰਡਨ ਦੇ ਜਿਹੜੇ 815 ਪੋਸਟਾਂ ਦੀਆਂ ਜੀ ਤੇ 32 ਪੋਸਟਾਂ ਮੈਟਰਨ ਦੀਆਂ ᱛੀਆਂ ਜਿਦੇ ਵਿੱਚ ਦੱਸਿਆ ਗਿਆ ਜੀ ਕਹਿੰਦੇ 25-11 ਨੂੰ ਦਾ ਸਰੀਰਕ ਮਾਪ ਟੈਸਟ ਤੇ ਸਰੀਰਕ ਯੋਗਤਾ ਟੈਸਟ ਹੋ ਚੁੱਕਿਆ ਜਿਹਦਾ ਨਤੀਜਾ ਵੀ ਆ ਚੁੱਕਿਆ 25 11 ਨੂੰ ਤੇ ਜਿਹੜੇ ਕਰਕੇ ਕੋਵਿਡ ਦੀ ਤੀਜੀ ਲਹਿਰ ਆ ਚੁੱਕੀ ਸੀ ਜਿਸ ਕਾਰਨ ਕਾਉਂਸਲਿੰਗ ਪ੍ਰਕਿਰਿਆ ਨਹੀਂ ਹੋ ਸਕੀ ਤੇ ਹੁਣ ਇਹ 16 ਮਈ ਤੋਂ 17 ਮਈ ਦੇ ਵਿੱਚ ਵਿੱਚ ਇਹ ਹੋ ਰਹੀ ਹੈ ਕਿੱਥੇ ਹੋ ਰਹੀ ਹੈ ਜੀ ਡਿਟੇਲ ਪਹਿਲਾਂ ਡੇਟ ਵੀ ਤੁਸੀਂ ਠੀਕ ਹੈ ਜੀ ਚੈੱਕ ਕਰ ਲੈਣੀ ਆਪਦੇ ਆਪ ਦੀ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਸਕਦੇ ਹੋ ਦਫਤਰ ਅਧਿਨਿਨ ਸਭਾਵਾਂ ਚੌਣ ਬੋਰਡ ਪੰਜਾਬ ਬਣ ਭਵਨ ਸੈਕਟਰ 68 ਮੋਹਾਲੀ ਵਿਖੇ ਹੋਵੇਗੀ ਜੀ ਤੁਹਾਡੀ ਕਾਉਂਸਲਿੰਗ ਤੇ ਕੈਟਾਗਰੀ ਵਾਈਜ਼ ਆ ਦਿੱਤੇ ਗਏ ਨੇ ਜੀ ਜਨਰਲੀ ਕੈਟਾਗਰੀ ਠੀਕ ਹੈ ਜੀ ਪੁਰਸ਼ ਤੇ ਫੀਮੇਲ ਵਾਸਤੇ ਆ ਤੁਸੀਂ ਦੇਖ ਸਕਦੇ ਹੋ 528 ਨੰਬਰਾਂ ਤੇ ਗਈ ਹੈ ਜੀ ਪੁਆਇੰਟ 84 ਤੇ ਤੇ 585 ਤੇ ਐਡਬਲਯੂਐਸ ਦੀ ਗਈ ਹੈ ਜੀ ਠੀਕ ਹੈ ਉਸੇ ਤਰ੍ਹਾਂ نیچے ਐਸਸੀ ਤੁਸੀਂ ਦੇਖ ਸਕਦੇ ਹੋ ਐਸਸੀ ਆਰਓ ਬੀਸੀ ਦੀ ਬੀਸੀ ਦੀ ਹਾਈ ਗਈ ਹੈ ਜੀ ਤੇ ਉਸ ਤੋਂ ਬਾਅਦ ਆ نیچے ਸਾਰੀ ਡਿਟੇਲ ਦਿੱਤੀ ਗਈ ਹੈ ਤੁਸੀਂ ਇਹ ਚੈੱਕ ਕਰ ਲੈਣਾ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤੀ ਹੈ ਜੀ ਪੀਡੀਐਫ ਇਹ ਤੇ نیچے ਹੁਣ ਜਿਹੜੀਆਂ ਸ਼ਰਤਾਂ ਨੇ ਲਗਾ ਲੋ ਦਸਤਾਵੇਜ਼ ਨੇ ਇਹਨਾਂ ਦੇ ਆ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਨੀਚੇ ਕਾਉਂਸਲਿੰਗ ਪਰਫਾਰਮਾ ਹੈ ਭਰ ਕੇ ਲੈ ਕੇ ਜਾਣਾ ਤੁਹਾਨੂੰ A ਤੇ B ਦੋਨੇ ਹੀ ਤੁਹਾਨੂੰ ਦੱਸਾਂਗੇ ਤੇ ਹੁਣ ਜਿਹੜੇ ਜਿਹੜੇ ਸਰਟੀਫਿਕੇਟ ਨੇ ਉਹ ਕਿਹੜੇ ਕਿਹੜੇ ਨਾਂ ਨੇ ਨਾਲ ਲੈ ਕੇ ਜਾਣੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜਨਮ ਮਿਤੀ 10ਵੀਂ ਪੱਧਰ ਤੇ ਪੰਜਾਬੀ ਪਾਸ ਦਾ ਸਬੂਤ میٹرਿਕ ਮਤ 10ਵੀਂ ਦਾ ਸਰਟੀਫਿਕੇਟ ਉਸ ਤੋਂ ਬਾਅਦ ਵਿਦਿਅਕ ਯੋਗਤਾ ਦਾ ਮਕੱਲਸ ਜਿੰਨੇ ਵੀ ਆਪਣੇ ਠੀਕ ਹੈ ਜੀ ਸਰਟੀਫਿਕੇਟ ਨੇ ਸਾਰੇ ਲੈ ਚਾਣੇ ਨੇ ਉਸ ਤੋਂ ਬਾਅਦ ਉਮੀਦਵਾਰਾਂ ਵੱਲੋਂ ਆਨਲਾਈਨ ਅਪਰਾਈ ਕਿਤੇ ਐਪਲੀਕੇਸ਼ਨ ਫਾਰਮ ਇਹ ਜੇ ਤਾਂ ਤੁਹਾਡੇ ਕੋਲ ਹੈਗਾ ਤਾਂ ਚੱਲ ਜਾਏਗਾ ਜੇ ਨਹੀਂ ਹੈਗਾ ਤਾਂ ਵੀ ਐਡੀ ਕੋਈ ਗੱਲ ਨਹੀਂ ਹੈ ਠੀਕ ਹੈ ਡਰਨ ਦੀ ਲੋੜ ਨਹੀਂ ਹੈ ਤੇ ਉਸ ਤੋਂ ਬਾਅਦ ਰੰਗਦਾਰ ਦੋ ਫੋਟੋਆਂ ਜ਼ਰੂਰ ਆਪਣੇ ਨਾਲ ਲੈ ਕੇ ਜਾਣੀਆਂ ਨੇ ਦੋ ਤੋਂ ਵੱਧੇ ਲੈ ਜਿਓ ਉਸ ਤੋਂ ਬਾਅਦ ਸਨাক্তਤੀ ਸਬੂਤ ਵਜੋਂ ਪੈਨ ਕਾਰਡ ਆਧਾਰ ਕਾਰਡ ਪਾਸਪੋਰਟ ਆਪਣੇ ਸਭ ਤੋਂ ਵੱਲੇ ਵਿੱਚ ਪੈਨ ਕਾਰਡ ਹੁੰਦਾ ਹੀ ਹੈ ਜਾਂ ਆਧਾਰ ਕਾਰਡ ਲੈ ਜਿਓ ਕੋਈ ਚੱਕਰ ਨਹੀਂ ਠੀਕ ਹੈ ਬੋਟ ਕਾਰ ਲੈ ਕੇ ਨਾ ਬੋਟ ਕਾਰਡ ਵੀ ਲੈ ਜਾ ਸਕਦੇ ਹੋ ਉਸ ਤੋਂ ਬਾਅਦ ਜਿਹੜੀਆਂ ਰਾਖਵੀਆਂ ਅਸਾਮੀਆਂ ਨੇ ਉਹਦੇ ਵਿਰੁੱਧ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਤੁਸੀਂ ਠੀਕ ਹੈ ਜੀ ਦੇਖ ਲੈਣਾ ਜਿਹੜੇ ਜਿਹੜੇ ਸਰਟੀਫਿਕੇਟ ਨੇ ਉਹ ਜ਼ਰੂਰੀ ਨੇ ਜਾਤੀ ਸਰਟੀਫਿਕੇਟ ਆ ਗਿਆ ਜੀ ਇਹਦੇ ਵਿੱਚ ਰਾਖਵੀਂ ਸ਼੍ਰੇਣੀਆਂ ਵਾਲੀ ਤੁਸੀਂ ਦੇਖ ਸਕਦੇ ਹੋ ਨਿਵਾਸੀ ਨੇ ਜਿਹੜਾ ਉਹ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਠੀਕ ਹੈ ਮਤਲਬ 5 ਸਾਲ ਦਾ ਘੱਟ ਪੁਰਾਣਾ ਤੁਸੀਂ ਦੇਖ ਸਕਦੇ ਹੋ ਇਹ ਰਿਹਾ ਇਸ ਦਾ ਸਰਟੀਫਿਕੇਟ ਹੈ ਤੇ ਉਸ ਤੋਂ ਬਾਅਦ ਜਿਹੜਾ ਜਾਤੀ ਸਰਟੀਫਿਕੇਟ ਹੈ ਜੀ ਪਛੜੀ ਸ਼੍ਰੇਣੀਆਂ ਹੋ ਗਿਆ ਹੋਰ ਹੋ ਗਿਆ ਠੀਕ ਹੈ ਆਮਦਨ ਇਹ ਸਰਟੀਫਿਕੇਟ ਵੀ ਤੁਹਾਨੂੰ ਲੈ ਕੇ ਜਾਣੇ ਨੇ ਮੇਨ ਗੱਲ ਇਹ ਹੈ ਜੀ ਜੇ ਤੁਹਾਡੇ ਕੋਲ ਇਹ ਸਰਟੀਫਿਕੇਟ ਜਾਤੀ ਸਰਟੀਫਿਕੇਟ ਕਿੰਨੇ ਸਾਲ ਪੁਰਾਣਾ ਹੈ 5 ਸਾਲ 5 ਸਾਲ ਤੋਂ ਜੇ ਵੱਧ ਪੁਰਾਣਾ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਨਹੀਂ ਐਡੀ ਕੋਈ ਗੱਲਬਾਤ ਵੀ ਨਹੀਂ ਹੈਗੀ ਲੋੜ ਨਹੀਂ ਹੈਗੀ ਜਿਹੜਾ ਤੁਹਾਨੂੰ ਉਸ ਟਾਈਮ ਦਿੱਤਾ ਸੀ ਉਹੀ ਸਰਟੀਫਿਕੇਟ ਉੱਥੇ ਨਾਲ ਲੈ ਜਾਣਾ ਕਿਉਂਕਿ ਜੇ ਬਾਈ ਚਾਂਸ ਉਹਨੇ ਰਿਜੈਕਟ ਵੀ ਕਰਿਆ ਤਾਂ ਤੁਹਾਨੂੰ ਟਾਈਮ ਦੇਣਗੇ ਜੀ ਉਹ ਠੀਕ ਹੈ ਹਫਤੇ 10 ਦਿਨ 20 ਦਿਨ ਟਾਈਮ ਦਿੰਦੇ ਨੇ ਉਹ ਤੇ ਉਸ ਤੋਂ ਬਾਅਦ ਇਕਨੋਮੀ ਲੀਬਲ ਸੈਕਸ਼ਨ ਦਾ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਡਿਟੇਲ ਦਿੱਤੀ ਗਈ ਹੈ ਜੀ ਫੌਜੀ ਅਫਸਰਾਂ ਵਾਸਤੇ ਤਾਂ ਚੰਗੀ ਤਰੀਕੇ ਨਾਲ ਪੜ੍ਹਨੀ ਹੈ ਤੁਹਾਨੂੰ ਪੀਡੀਐਫ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਤੇ ਜਿਹੜਾ ਪਰਫਾਰਮਾ ਹੈ ਇਹ ਏ ਐ ਤੇ ਇੱਕ ਬੀ ਹੈ ਇਹ ਸਾਰਾ ਪੜ੍ਹ ਕੇ ਪੜ ਲੈਣਾ ਜੇ ਕੋਈ ਚੀਜ਼ ਨਹੀਂ ਸਮਝ ਲੱਗਦੀ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਨੂੰ ਟੈਲੀਗ੍ਰਾਮ ਗਰੁੱਪ ਗਰੁੱਪ ਦੇ ਵਿੱਚ ਵੀ ਜਾ ਕੇ ਪੁੱਛ ਸਕਦੇ ਹੋ ਨਹੀਂ ਸਾਡਾ ਇੰਸਟਾ ਤੇ ਪੇਜ ਵੀ ਬਣਿਆ ਹੋਇਆ ਤੁਸੀਂ ਉੱਥੇ ਸਾਣਾ ਕੰਟੈਕਟ ਕਰ ਸਕਦੇ ਹੋ ਤਦ ਤੁਸੀਂ ਦੇਖ ਸਕਦੇ ਹੋ ਜਿੰਨਾ ਕਿ ਪੜਨਾ ਤੁਸੀਂ ਪੜ ਸਕਦੇ ਹੋ ਨਹੀਂ ਉੱਥੇ ਜਾ ਕੇ ਵੀ ਇੱਕ ਦੂਜੇ ਤੋਂ ਦੇਖ ਕੇ ਵੀ ਪੜ ਸਕਦੇ ਹੋ ਕਿਉਂਕਿ ਦਫਤਰੀ ਵਰਤੋਂ ਲਈ ਕੁਝ ਨਹੀਂ ਧੰਨੇ ਪੜਨਾ ਠੀਕ ਹੈ ਇਹ ਕੁਝ ਵੀ ਨਹੀਂ ਪੜਨਾ ਇਹ ਆਟੋਮੈਟਿਕ ਆਪ ਹੋ ਪੜਨਗੇ ਤੇ ਆਹ ਬੀ ਪਰਫਾਰਮਰ ਦੇ ਵਿੱਚ ਕੀ ਦਿੱਤਾ ਗਿਆ ਇਹ ਸਾਰੀ ਡਿਟੇਲ ਲਿਖ ਦੇਣੀ ਹੈ ਵੀ ਕਿਹੜੀ ਕੈਟਾਗਰੀ ਹੈ ਤੁਹਾਡੀ ਠੀਕ ਹੈ ਕੋਡ ਲਿਖ ਦੇਣਾ ਉਸ ਤੋਂ ਬਾਅਦ ਮਾਰਕਸ ਜਿੰਨੇ ਵੀ ਨੇ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਉਸ ਤੋਂ ਬਾਅਦ ਦਫਤਰੀ ਤੁਹਾਨੂੰ ਮੇਨ ਗੱਲ ਹੈ ਜੀ ਦਫਤਰੀ ਵਰਤੋਂ ਵਾਲਾ ਕੁਝ ਨਹੀਂ ਛੇੜਨਾ ਧੰਨੇ ਦੇ ਵਿੱਚ ਤਾਂ ਇਹੀ ਅਪਡੇਟ ਸੀ ਤੁਹਾਡੇ ਲਈ ਕਿੱਥੇ ਜਾਣਾ ਤੁਹਾਨੂੰ ਦੁਬਾਰੋ ਫੇਰ ਡਿਟੇ ਜਿਹੜਾ ਪਰਫਾਰਮਾ ਹੈ ਇਹਦੇ ਵਿੱਚ ਤਾਂਨੇ ਪਹੁੰਚਣਾ ਕਿੱਥੇ ਆ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਦਫਤਰ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਬਨ ਭਵਨ ਸੈਕਟਰ 68 ਮਹਾਲੀ ਵਿਖੇ ਪਹੁੰਚਣਾ ਜੀ ਠੀਕ ਹੈ ਜੀ Google Map ਤੇ ਸਰਚ ਮਾਰ ਲੈਣੀ ਹੈ ਉੱਥੇ ਜਰੂਰ ਸਾਨੂੰ ਮਿਲ ਜੇਗਾ ਜੀ ਇਹ ਤਾਂ ਇਸੇ ਤਰ੍ਹਾਂ ਦੀ ਅਪਡੇਟ ਲੈਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਜੀ